ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਚਾਲ ਹੈ ਜਨਾਬ? ਤੁਸੀਂ ਵੇਖਦੇ ਪਏ ਗੁਲਾਮ ਐਮ ਟੀ ਵੀ ਅਤੇ ਮੈਂ ਤੁਹਾਡਾ ਮੇਜ਼ਬਾਨ ਹਾਂ ਜੀ ਗੁਲਾਮ ਅਹਿਮਦ। ਦੋਸਤੋ, ਸਭ ਤੋਂ ਪਹਿਲੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਅਤੇ ਨਾਲ ਹੀ ਬੈਲ ਦਾ ਬਟਨ ਉਹਨੂੰ ਕਰਨਾ ਕਲਿੱਕ, ਤਾਂ ਕਿ ਮੇਰੇ ਵੀਰਾਂ ਤੀਕਰ ਸਾਡੀ ਵੀਡੀਓ ਦਾ ਨੋਟੀਫਿਕੇਸ਼ਨ ਪਹੁੰਚੇ ਬਆਸਾਨੀ ਅਤੇ ਜਾਨਵਰ ਖਰੀਦ ਸਕਣ। ਅੱਜ ਜਨਾਬ ਮੇਰੇ ਸੱਜੀ ਸਾਈਡ 'ਤੇ ਅਸਲ ਨੀਲੀ ਦੀ ਮਾਝ ਦੀ ਵੀਡੀਓ ਲੈ ਕੇ ਆਇਆ, ਕਾਲੀ ਸ਼ਾਹ ਮਾਸ਼ਾਅੱਲਾ। ਤਸੱਲੀ ਨਾ ਕੈਮਰਾਮੈਨ ਸਾਹਿਬ, ਤਸੱਲੀ ਕਰਾਓ ਕੈਮਰੇ ਨਜ਼ਰ ਇਨਸ਼ਾਅੱਲਾ। ਕਾਲੀ ਸ਼ਾਹ ਜਨਾਬ, ਕਾਲੀ ਕੱਟ ਇੱਕ ਰੰਗ ਦੀ ਹੈ, ਕਾਠਾਂ ਸਿੰਘ ਮੋੜ ਕੇ ਜਨਾਬ ਬਿਲਕੁਲ ਆਪਦੇ ਸਿਰ ਦੇ ਉੱਤੇ ਲਾਈ ਖੜੀ ਹੈ। ਕੈਮਰੇ ਨਜ਼ਰ ਇਨਸ਼ਾਅੱਲਾ, ਹੱਡੀਆਂ ਚੰਗੀਆਂ ਲੱਗੀਆਂ ਨੇ, ਅੱਗੋਂ ਨੀਵੀਂ ਅਤੇ ਪਿੱਛੋਂ ਉੱਚੀ, ਥੱਬੇ ਦਾ ਵਾਨਾ ਮਾਸ਼ਾਅੱਲਾ, ਲਾਟੂ ਵਾਲਾ ਥਣ ਲੱਗਿਆ, ਵਿਰਲਾਂ ਤੇ ਇਨਸ਼ਾਅੱਲਾ ਥਣ ਨੇ, ਗਿੱਠ ਗਿੱਠ ਤੇ ਵਿਰਲਾ। ਕੈਮਰੇ ਨਜ਼ਰ ਹੈ, ਲਾਹਣੇ ਦੇਣੇ ਮੁਕੱਦਰ ਹੁੰਦੇ ਨੇ ਦੋਸਤੋ। ਸਫ਼ਰ ਕਰਕੇ ਆਪਣੇ ਵੀਰਾਂ ਵਾਸਤੇ ਜਨਾਬ ਸੋਹਣੇ ਅਤੇ ਖੂਬਸੂਰਤ ਜਾਨਵਰ ਆਪਣੇ ਚੈਨਲ 'ਤੇ ਪਾਏ ਜਾਂਦੇ ਨੇ ਆਪਣੇ ਸੱਜਣਾਂ ਅਤੇ ਵੀਰਾਂ ਵਾਸਤੇ। ਕੈਮਰਾਮੈਨ ਸਾਹਿਬ ਵਿਖਾਓ ਜਨਾਬ ਇਹਦਾ ਆਵਾਨਾ, ਵਿਖਾਓ ਤਸੱਲੀ ਕਰਵਾਓ, ਤਾਂ ਕਿ ਆਪਣੇ ਸੱਜਣ ਦੇ ਬੇਲੀ ਜਨਾਬ ਵੇਖਦੇ ਰਹਣ। ਮਾਸ਼ਾਅੱਲਾ ਥੱਬੇ ਦਾ ਵਾਨਾ, ਬੜਾ ਸੋਹਣਾ ਅਤੇ ਖੂਬਸੂਰਤ ਹੈ। ਅੱਲਾਹ ਦੀ ਮਿਹਰਬਾਨੀ ਨਾਲ ਕੱਦ ਚੰਗਾ, ਲਾਮ ਚੰਗੀ ਹੈ, ਪਸ਼ਮ ਹੈ ਚੱਪਾ ਚੱਪਾ, ਲੈਣੇ ਦੇਣੇ ਮੁਕੱਦਰ ਇਨਸ਼ਾਅੱਲਾ। ਸਾਫ਼ ਸੁਥਰਾ ਜਾਨਵਰ ਹੈ, ਸਫ਼ਰ ਕਰਕੇ ਪਾਇਆ ਜਾਂਦਾ ਆਪਣੇ ਸੱਜਣਾਂ ਦੇ, ਇਨਸ਼ਾਅੱਲਾ ਸ਼ੌਕ ਪੂਰੇ ਕਰਾਈਦੇ ਨੇ, ਤਾਂ ਕਿ ਸਾਫ਼ ਸੁਥਰਾ ਜਾਨਵਰ ਇਨਸ਼ਾਅੱਲਾ। ਤੁਰਦੀ ਫਿਰਦੀ ਕੈਮਰੇ ਨਜ਼ਰ ਹੈ, ਲਾਟੂ ਵਾਲਾ ਥਣ ਲੱਗਿਆ, ਮੁੱਠ ਮੁੱਠ ਦਾ ਥਣ ਹੈ, ਪਾਵਰਫੁੱਲ ਥਣ ਹੈ, ਬਰੀਕ ਬੜੀ ਹੈ ਜਨਾਬ, ਜਿਵੇਂ ਧਾਗਾ। ਤਸੱਲੀ ਕਰੋ ਕੈਮਰਾਮੈਨ ਸਾਹਿਬ, ਕਿਸੇ ਕਿਸਮ ਦਾ ਸ਼ੱਕ ਨਾ ਰਹੇ, ਅੱਲਾਹ ਦੀ ਮਿਹਰਬਾਨੀ ਨੇ ਇਨਸ਼ਾਅੱਲਾ, ਅੱਲਾਹ ਦੀ ਬਰਕਤ ਨਾਲ ਕੱਦ ਚੰਗਾ, ਲਾਮ ਚੰਗੀ ਹੈ, ਹੱਡੀਆਂ ਚੰਗੀਆਂ ਨੇ, ਪੁੱਠੇ ਚੰਗੇ ਨੇ। ਕਾਲੀ ਸ਼ਾਹ ਜਨਾਬ, ਕਾਲੀ ਕੱਟ ਜਿਹਨੂੰ ਕਹਿੰਦੇ ਨੇ, ਸਿਆਹ ਕਾਲੀ ਅੱਖ ਹੈ, ਬਰੀਕ ਬੂਥੀ ਹੈ, ਟੁਰਦੀ ਫਿਰਦੀ ਕੈਮਰੇ ਨਜ਼ਰ ਹੁੰਦੀ ਹੈ। ਚਾਚੇ ਨਾਲ ਟੋਰ ਮਾਰਿਆ, ਖੁੱਲ੍ਹੀ ਟੁਰਨਗੇ ਤੋਰਸ ਪਰ। ਥੱਬੇ ਦਾ ਵਾਨਾ ਮਾਸ਼ਾਅੱਲਾ, ਤੁੰਨੀ ਤੋਂ ਲੈ ਕੇ ਅਤੇ ਸਾਰ ਤੱਕ ਵਾਨਾ, ਤੁੰਨੀ ਕੋਈ ਨਹੀਂ, ਕੌੜੀ ਕੋਈ ਨਹੀਂ, ਬਿਲਕੁਲ ਸਾਫ਼ ਸੁਥਰੀ ਹੈ। ਚਾਰੇ ਪੈਰ ਨੇ ਜਨਾਬ, ਜਿਵੇਂ ਘੋੜਿਆਂ ਦੇ ਸੁੰਭ ਹੁੰਦੇ ਨੇ। ਇੱਧਰ ਆਹ ਚਾਚਾ, ਬਾਕੀ ਜਨਾਬ ਜੋ ਇਹਦਾ ਹਿਸਾਬ ਕਿਤਾਬ ਹੈ ਸਾਰੀ ਡਿਟੇਲ ਜਨਾਬ ਮਾਲਕ ਤੋਂ ਲਵਾਂਗੇ। ਭਾਅ ਜੀ ਇੱਧਰ ਆਓ, ਸੱਲੀ ਕਰਾ ਲਓ ਕੈਮਰਾਮੈਨ ਸਾਹਿਬ, ਕਿਸੇ ਕਿਸਮ ਦਾ ਸ਼ੱਕ ਨਾ ਰਹੇ। ਕਾਲੀ ਸਹਿ ਜਨਾਬ, ਅਸਲ ਨੀਲੀ ਦੀ ਮਾਝ ਦੀ ਵੀਡੀਓ ਇਨਸ਼ਾਅੱਲਾ ਵਿਖਾ ਰਹੇ ਆਪਣੇ ਸੱਜਣਾਂ ਅਤੇ ਵੀਰਾਂ ਨੂੰ, ਉਮੀਦ ਕਰਾਂਗੇ ਇਨਸ਼ਾਅੱਲਾ ਪਸੰਦ ਆਵੇਗੀ। ਪਸੰਦ ਆਵੇ ਤਾਂ ਸ਼ੇਅਰ ਅਤੇ ਲਾਈਕ ਜ਼ਰੂਰ ਕਰਨਾ, ਬਾਕੀ ਸਾਰੀ ਡਿਟੇਲ ਜਨਾਬ ਮਾਲਕ ਤੋਂ ਲੈ ਕੇ ਦਿੰਦੇ ਹਾਂ। ਭਾਅ ਜੀ ਇਹਨੂੰ ਇੱਧਰ ਟੋਰ ਤੁਰੰਤ ਟੋਰ ਕੇ ਇੱਧਰ ਆਓ ਸਾਡੇ ਕੋਲ। ਅਸਲਾਮ ਵਾਲੇਕੁਮ। ਵਾਲੇਕੁਮ ਅਸਲਾਮ। ਅੱਛਾ ਭਾਅ ਜੀ, ਗੱਲ ਇਹ ਕਿ ਜਿਹੜੀ ਆਪਣੀਆਂ ਮੱਝ ਆਪਾਂ ਵਿਖਾਈ ਜਾਂਦੇ ਹਾਂ, ਇਹ ਕਿੰਨਵਾਂ ਸੂਆ ਸੂਈ ਹੈ? ਇਹ ਦੂਸਰਾ ਸੂਆ ਜੀ। ਪੱਕਾ ਦੂਸਰਾ? ਹਾਂ ਜੀ, ਦੂਜਾ ਨੂੰ ਸੂਈ। ਜੈਨਮਨ? ਜੈਨਮਨ ਜੀ, ਮਾਸ਼ਾਅੱਲਾ। ਤੇ ਕਿੰਨੇ ਕੁ ਦਿਨ ਹੋ ਗਏ ਨੇ ਸੂਈ ਨੂੰ? ਆ ਛੇਵਾਂ ਸੱਤਵਾਂ ਦਿਨ ਆ ਜੀ। ਆ ਛੇਵਾਂ ਸੱਤਵਾਂ ਦਿਨ ਹੈ, ਤੇ ਇਹਦੇ ਮਗਰ ਕੀ ਹੈ? ਮਗਰ ਕੱਟੀ ਜੀ। ਇਹਦੇ ਮਗਰ ਕੱਟੀ ਹੈ, ਠੀਕ ਹੋ ਗਿਆ। ਤੇ ਸੱਤਵਾਂ ਅੱਠਵਾਂ ਦਿਨ ਸੂਈ ਨੂੰ? ਹਾਂ ਜੀ। ਤੇ ਦੂਜਾ ਸੂਆ, ਤੇ ਇਹਦੇ ਆਪਣੀ ਥਣ ਛੱਡੇ ਦੀ ਗਰੰਟੀ ਹੁੰਦੀ ਹੈ? ਖਾਣ ਵਿੱਚ ਕੋਈ ਘਾਟਾ ਵਾਧਾ, ਗਿਲਟੀ ਮਰੋੜੀ, ਛੱਟਾ ਫੁਹਾਰ? ਮਾਸ਼ਾਅੱਲਾ ਚੋਣ ਚੰਗਾ ਜੀ, ਦੁੱਧ ਮੱਝ ਕੋਲ ਤਕਰੀਬਨ 12-13 ਕਿਲੋ ਹੈ ਜੀ, ਛੇਵਾਂ ਸੱਤਵਾਂ ਦਿਨ ਸੂਈ ਨੂੰ। ਮੱਝ 14-15 ਕਿਲੋ ਦੁੱਧ ਕਰ ਜਾਏਗੀ। ਹੁਣ ਹਾਜ਼ਰ ਮੌਕੇ ਤੇ ਕਿੰਨਾ ਦੁੱਧ? ਤਕਰੀਬਨ 12 ਕਿਲੋ ਜੀ ਚੋਣ ਦਾ। ਠੰਡਾ ਕਿ ਗਰਮ? ਚੋਣ ਦਾ ਦੁੱਧ 12 ਕਿਲੋ ਜੀ, ਬੱਚੇ ਨੂੰ ਚੰਗਾ ਕੇ। ਬੱਚੇ ਨੂੰ ਕਿਹੜਾ ਥਣ ਛੱਡਣਾ ਹੈ? ਬੱਚੇ ਨੂੰ ਇੱਕ ਥਣ ਸੀ ਪਿਆਈਦਾ ਜੀ ਅਗਲਾ। ਇੱਕ ਬੱਚੇ ਨੂੰ ਪਿਆ ਕੇ ਤੇ 12 ਲੀਟਰ ਠੰਡੇ ਠੰਡੇ ਦੁੱਧ ਦੀ ਗਰੰਟੀ ਹੈ? ਹਾਂਜੀ, ਠੰਡਾ ਦੁੱਧ ਹੈ। ਤੇ ਇਨਸ਼ਾਅੱਲਾ ਮੈਲਾ ਸ਼ਾਲਾ ਸੱਟੇਗੀ ਤੇ ਦੇਵੇਗੀ 15-16 ਲੀਟਰ? ਇਨਸ਼ਾਅੱਲਾ ਜੀ, ਮੈਲਾ ਤਾਂ ਸਿੱਟਿਆ ਨਹੀਂ ਮਾਜ ਨੇ ਤਕਰੀਬਨ 7-8 ਦਿਨ ਸੂਈ ਨੂੰ। ਅੱਛਾ, ਤੇ ਮਗਰ ਇਹਦੇ ਕੱਟੀ ਹੈ? ਕੱਟੀ। ਕੋਈ ਬੰਦਾ ਸਫ਼ਰ ਕਰੇ, ਸਫ਼ਰ ਦੂਰ ਦਰਾਜ ਦਾ ਕਰਕੇ ਆਵੇ, ਤੇ ਜਨਾਬ ਕੇ ਖਾਣਾ ਹੀ ਕੋਈ ਘਾਟਾ ਵਾਧਾ? ਕੋਈ ਨਹੀਂ, ਮਾਸ਼ਾ ਚੋਣ ਸਾਫ਼ ਸੁਥਰੀ। ਪੋਲਾ ਚੋਣ ਹੈ ਕਿ ਸਖ਼ਤ? ਨਹੀਂ, ਪੋਲਾ ਮੋਟਾ। ਪੋਲਾ ਚੋਣ, ਹਾਂਜੀ। ਸੁਬਹ ਕਿੰਨੇ ਵਜੇ ਚੋਈ ਹੈ ਮਾਏ? ਸੁਬਹ ਤਕਰੀਬਨ 5:30 ਵਜੇ ਚੋਈ। 5:30 ਵਜੇ
ਕੈਮਰਾਮੈਨ ਸਾਹਿਬ ਖਾਇਆ ਜੀ ਇੱਕ ਮਿੰਟ ਤਕਰੀਬਨ ਜੀ 3 ਵਜੇ ਹੋਣੇ ਜੀ ਜਨਾਬ 3:17 ਹੋਏ ਨੇ ਤੇ ਸ਼ਾਮ ਨੂੰ ਤੱਲਾ ਮੇਲਾ ਲਾਉਂਦੀ ਹੈ ਮੇਲਾ ਪੂਰਾ ਲਾਉਂਦੀ ਜੀ ਲੇਵਾ ਬਾਹਰ ਹੁੰਦਾ ਮਾਈ ਦਾ ਫੁੱਟ ਫੁੱਟ ਲੇਵਾ ਬਾਹਰ ਹੈ ਜੀ ਫੁੱਟ ਫੁੱਟ ਹਾਂ ਜੀ ਤੁਹਾਡੇ ਸਾਹਮਣੇ ਜੀ ਅੱਛਾ ਭਾਈ ਜੀ ਗੱਲ ਇਹ ਗਰੰਟੀ ਇਨਸ਼ਾਅੱਲਾ ਪੂਰੀ ਮਗਰ ਕੱਟੀ ਹੈ ਤੇ ਹੈ ਅਸਲ ਨੀਲੀ ਦੀ ਮੈਂ ਅਸਲ ਨੀਲੀ ਦੀ ਅਸਲ ਨੀਲੀ ਤੇ ਇਹਦੇ ਮੁਹੱਬਤ ਤੇ ਪਿਆਰ ਵਾਲੇ ਪੈਸੇ ਦੱਸਣੇ ਚੁੱਕੇ ਪੈਸੇ ਨਹੀਂ ਦੱਸਣੇ ਨਾ ਆਪਾਂ ਨੂੰ ਕਿਸੇ ਨੇ ਦੇਣੇ ਨੇ ਮੁੱਲ ਉਹ ਕਰਨਾ ਜਿਹੜਾ ਪੱਕਾ ਮੁੱਲ ਹੈ ਡਿਮਾਂਡ ਨਹੀਂ ਕਰਨੀ 360 ਦੀ ਮਾਈ ਦੇ ਦਾਂਗੇ 3,60,000 ਰੁਪਏ ਦੀ ਹਾਂਜੀ 360 ਦੀ ਮੁੱਲ ਚੋਖਾ ਨਹੀਂ ਦਾ ਨਹੀਂ ਜੀ ਬਿਲਕੁਲ ਜਾਇਜ਼ ਜਿਹੜਾ ਮੁੱਲ ਮناسب ਰੇਟ ਹੈ ਮناسب ਕੁਦੀਦ ਪਿਆਰ ਮੁਹੱਬਤ ਪਿਆਰ ਨਹੀਂ ਇਹ ਚ ਕੋ ਨਹੀਂ ਜੀ ਬਿਲਕੁਲ ਜਾਇਜ਼ ਜਿਹੜੇ ਪੈਸੇ ਲੈਣੇ ਜੀ ਉਹ 360 ਦੀ ਦਿਆਂ ਕੋਈ ਸਾਡਾ ਸੱਜਣ ਵੀ ਸਫਰ ਕਰਦਾ ਤੇ ਕੋ ਚਾਹ ਪਾਣੀ ਧੋਣਾ ਚਾਹੀਦਾ ਬੋਲੀ ਭਾਈ ਗਲਾਵਾ ਮਤਲਬ ਬਿਲਕੁਲ ਜਾਇਜ਼ ਕੀਤਾ ਪਿਆਰ ਮੁਹੱਬਤ ਕਰ ਲੈਵੇਂ ਕੋ ਹਵਾ ਪਰ ਕੋਈ ਨਹੀਂ ਜ਼ਿੱਦ ਨਹੀਂ ਕਰੇਗੀ ਠੀਕ ਹੈ ਨਾ ਪਿਆਰ ਮੁਹੱਬਤ ਹੋ ਜਾਏਗਾ ਚਲੋ ਕੁਝ 5,000-4,000 ਦਾ ਕਰ ਲਾਂਗੇ ਠੀਕ ਹੋ ਗਿਆ ਪਿਆਰ ਮੁਹੱਬਤ ਲਾਜ਼ਮੀ ਕਰ ਲੈਣਾ 3,60,000 ਰੁਪਇਆ ਵਿੱਚ ਪਿਆਰ ਮੁਹੱਬਤ ਕੈਮਰਾਮੈਨ ਸਾਹਿਬ ਕੱਟੀ ਵਿਖਾ ਦੇ ਤੁਸੀਂ ਇਹਦੇ ਮਗਰ ਕੱਟੀ ਮਾਸ਼ਾਅੱਲਾ ਖੂਬਸੂਰਤ ਹੈ ਮਿਲਾਂਗੇ ਅੱਛੀ ਤੇ ਬਿਹਤਰੀਨ ਅਗਲੀ ਵੀਡੀਓ ਦੇ ਨਾਲ ਅੱਲਾ ਨਿਗਹਿਬਾਨ ਪਾਕਿਸਤਾਨ ਜ਼ਿੰਦਾਬਾਦ